ਤੇਰਾ ਹੁਕਮ ਅਪਾਰ ਹੈ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ। ਜਿਸ ਗੁਰਪੁਰਾ ਭੇਟ ਸੀ, ਜਿਸ
ਬੰਦਾ ਮੈਂ ਬੰਦਾ ਬੈਖਰੀ ਮੈਂ ਬੰਦਾ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ ਜੀਓ ਪਿੰਡ ਸਭ ਦਿਸਦਾ ਜੀਓ ਪਿੰਡ ਸਭ ਦਿਸਦਾ ਸਭ ਕਿਛ ਹੈ ਤੇਰਾ ਸਭ ਕਿਛ ਹੈ ਤੇਰਾ ਤੇਰਾ ਹੁਕਮ ਅਪਾਰ ਹੈ ਤੇਰਾ ਹੁਕਮ ਅਪਾਰ ਹੈ ਤੇਰਾ
Time.
ਸਾਹਿਬ ਜੋ ਦੇਵੇ ਤੁਠਾ ਸਾਹਿਬ ਜੋ ਦੇਵੇ ਸੋਈ ਸੁਖ ਹੁਕ
ਤੇਰਾ ਹੁਕਮ ਅਪਾਰ ਹੈ। ਹੁਕਮੇ ਅੰਦਰ ਸਭ ਕਾ ਤੇਰਾ ਹੁਕਮ ਅਪਾਰ ਹੈ। ਹੁਕਮੇ ਅੰਦਰ ਸਭ ਕਾ ਬਾਹਰ ਹੁਕਮ ਨਾ ਭੈ ਵਿੱਚ ਪਵਨ ਵੈ ਸਦਵਾ। ਹੁਕਮੇ ਅੰਦਰ ਸਭ ਕਾ ਭੈ ਵਿੱਚ ਪਵਨ ਵੈ ਸਦਵਾ। ਭੈ ਵਿੱਚ ਚੱਲ ਲਖ ਦਰਿਆ ਭੈ ਵਿੱਚ ਚੱਲ ਲਖ ਦਰਿਆ। ਜਿੱਧਰ ਰੱਬ ਰਜਾ ਬਹਿਨ ਤਾਉ ਕਰੇ। ਭੈ ਵਿੱਚ ਚੱਲੇ ਲਖ ਦਰਿਆ ਭੈ ਵਿੱਚ ਅਗਨ ਕੱਢੇ ਵੇਗਾ ਤੇਰਾ ਹੁਕਮ ਅਪਾਰ। ਹੁਕਮੇ ਅੰਦਰ ਸਭ ਕਾ ਭੈ ਵਿੱਚ ਅਗਨ ਕੱਢੇ ਵੇਗਾ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੇ ਸਿਰਵਾਰ ਮੇਘੇ ਨੂੰ ਫੁਰਮਾਨ ਮੈਂ ਅੰਦਰ ਸਭ ਕੋ ਮੇਘੇ ਨੂੰ ਫੁਰਮਾਨ ਹੋਆ ਬਰਸੋ ਬਰਸੋ ਕਿਰਪਾ ਧਾਰ। ਹੁਕਮੇ ਅੰਦਰ ਸਭ ਕੋ ਹੁਕਮੇ ਅੰਦਰ ਸਭ ਕਾ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾ ਅੰਤ। ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਅਡਾਨੇ ਆਕਾਸ਼। ਹੁਕਮੇ ਅੰਦਰ ਸਭ ਕਾ ਜੋ ਜੋ ਤੇਰਾ ਹੁਕਮ ਹੈ
ਹੁਕਮ ਤਿਵੇਂ ਤਿਉਂ ਹੋਵਣਾ, ਤਿਵੇਂ ਤਿਉਂ ਹੋਵਣਾ। ਸ਼ੀਹਾਂ ਬਾਜਾਂ ਚਰਗਾਂ ਕੂਈਆਂ ਇਹਨਾਂ ਖਵਾਲੇ ਘਾ, ਕਾਹੋ ਖਾਸ ਤਿੰਨ ਮਾਲਿਕ ਮਾਸ ਕਵਾਲ ਏਤ ਚਲਾਏਰਾ। ਨਦੀਆਂ ਵਿੱਚ ਟਿੱਬੇ ਦਿਖਾਲੇ, ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਣਾ। ਨਦੀਆਂ ਵਿੱਚ ਟਿੱਬੇ ਦਿਖਾਲ ਥਲੀ ਕਰੇ ਅਸਗਾ, ਕੀੜਾ ਥਾਪ ਦੇ ਪਾਤ ਸ਼ਾਹੀ, ਸਭ ਕੋ ਤੇਰੇ ਵਸ ਮੇਰੇ ਹਰ ਜੀਆ, ਸਭ ਕੋ ਤੇਰੇ ਵਸ ਨਿੱਕੀ ਕੀਰੀ ਮੈਂ ਕਲ ਰੱਖੇ, ਨਿੱਕੀ ਕੀਰੀ ਮੈਂ ਕਲ ਰੱਖੇ, ਪਸ਼ੁਮ ਕਰੇ ਲਸ਼ਕਰ ਕੋਟ ਲੱਖੇ, ਸਭ ਕੋ ਤੇਰੇ ਵਸ ਸਭ ਕੋ ਤੇਰੇ ਵਸ ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ। ਬਸ ਮੇਰੀ ਪਛਾਣ ਵਿੱਚ ਇਹੋ ਹੀ ਇੱਕ ਵੱਡਾ ਉਲੰਭਾ ਹੈ। ਕਿਉਂਕਿ ਮੈਂ ਪਛਾਣ ਦਾ ਸਾਧਨ ਨਹੀਂ ਅਪਣਾ ਸਕਿਆ। ਰਾਤ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਬਦ ਸੀ, ਜਿਸ ਵਿੱਚ ਗੱਲ ਇੱਥੇ ਟਿਕ ਗਈ ਸੀ ਕਿ ਤਿੰਨ ਚੀਜ਼ਾਂ ਦੀ ਪਛਾਣ ਜ਼ਰੂਰੀ ਹੈ। ਇੱਕ ਸਮਾਂ, ਸਮੇਂ ਦੀ ਪਛਾਣ, ਕਿਉਂਕਿ ਸਮਾਂ ਚੱਲਦਾ ਹੈ, ਇਸ ਲਈ ਸਮੇਂ ਦਾ ਦ੍ਰਿਸ਼ ਸੀਨ ਬਦਲਦਾ ਹੈ। ਸਮੇਂ ਨਾਲ ਮਨੁੱਖ ਬਚਪਨ ਵਿੱਚ ਹੁੰਦਾ ਹੈ, ਸਮਾਂ ਚੱਲਦਾ ਜਾਂਦਾ ਹੈ, ਵਰ੍ਹਿਆਂ ਵਿੱਚ ਬੀਤ ਜਾਂਦਾ ਹੈ,
ਅਤੇ ਕੁਛ ਵਰ੍ਹਿਆਂ ਬਾਅਦ ਫਿਰ ਉਹ ਜਵਾਨ ਹੋ ਜਾਂਦਾ, ਬਚਪਨ ਨਹੀਂ ਰਹਿੰਦਾ। ਮੈਂ ਰਾਤ ਦੀ ਲੜੀ ਨੂੰ ਜੋੜਨਾ ਚਾਹੁੰਦਾ। ਸਮਾਂ ਫਿਰ ਵੀ ਰੁਕਦਾ ਨਹੀਂ, ਸਮਾਂ ਫਿਰ ਵੀ ਰੁਕਦਾ ਨਹੀਂ, ਫਿਰ ਚੱਲਦਾ ਰਹਿੰਦਾ। ਤੇ ਚੱਲਦੇ ਸਮੇਂ ਨਾਲ ਜਵਾਨੀ ਵੀ ਕੋਲ ਨਹੀਂ ਰਹਿੰਦੀ, ਬੁਢੇਪਾ ਬਿਰਧ ਅਵਸਥਾ ਆ ਜਾਂਦੀ, ਸ਼ਕਤੀਹੀਨ ਹੋ ਜਾਂਦਾ। ਰਾਤ ਦਾ ਸਬਜੈਕਟ ਸੀ ਇਹ। ਤਿੰਨੋ ਹੀ ਸਮੇਂ ਦੇ ਰੂਪ ਮਨੁੱਖ ਹੰਡਾਉਂਦਾ ਹੈ, ਹੰਡਾਉਂਦਾ ਹੈ, ਪਰ ਸਮੇਂ ਨੂੰ ਪਛਾਣਦਾ ਨਹੀਂ, ਪਛਾਣਦਾ ਨਹੀਂ। ਅਤੇ ਦੂਜਾ ਲਫ਼ਜ਼ ਸਨ ਮੰਜ਼ਲ ਦੀ ਪਛਾਣ, ਵੀ ਚੱਲਦਾ ਹੋਇਆ ਸਮਾਂ ਕਿੱਥੇ ਲੈ ਜਾਂਦਾ, ਮੇਰਾ ਆਖਰੀ ਟਿਕਾਣਾ ਕੀ ਹੈ, ਕਿਸ ਮੰਜ਼ਿਲ, ਕਿਸ ਪੜਾ, ਕਿਸ ਸਟੇਸ਼ਨ 'ਤੇ ਮੈਂ ਉੱਤਰ ਜਾਣਾ, ਮੈਨੂੰ ਉਤਰਨਾ ਹੀ ਪੈਣਾ ਹੈ। ਉਸ ਮੰਜ਼ਿਲ ਦੀ ਪਛਾਣ ਮਨੁੱਖ ਨੂੰ ਉਹਦਾ ਵੀ ਯਕੀਨ ਨਹੀਂ ਹੁੰਦਾ, ਪਛਾਣ ਨਹੀਂ ਕਰ ਸਕਦਾ। ਕਿਆ ਜਾਣਾ, ਕਿਵ ਮਰੇਂਗੇ, ਕੈਸਾ ਮਰਨਾ ਹੋਵੇ, ਕੋਈ ਪਛਾਣ ਨਹੀਂ। ਅਤੇ ਤੀਜੀ ਚੀਜ਼ ਸੀ ਕਿ ਇਹ ਸਾਰਾ ਜੀਵਨ ਦਾ ਪੰਧ, ਮੁਸਾਫਰੀ, ਇਹ ਸਮਾਂ ਕਿਉਂ ਮਿਲਿਆ, ਕਾਜ਼ ਮੈਂ ਕਰਨਾ ਕੀ ਹੈ, ਕਵਨ ਕਾਜ ਸਿਰਜ ਜਗ ਭੀਤਰ, ਜਨਮ ਕਵਨ ਫਲ ਪਾਇਆ, ਕਿਸ ਲਈ ਬਣਿਆ ਤੂੰ, ਕਿਸ ਲਈ ਤੈਨੂੰ ਇਹ ਸਮਾਂ ਮਿਲਿਆ। ਇਹ ਤਿੰਨ ਚੀਜ਼ਾਂ ਰਾਤ ਦਾ ਮੁੱਖ ਵਿਸ਼ਾ ਸਨ ਕਿ ਇਹ ਪਛਾਣਨੀਆਂ ਨੇ, ਪਰ ਮਨੁੱਖ ਪਛਾਣ ਨਹੀਂ ਸਕਿਆ। ਗੁਰੂ ਨੂੰ ਵੀ ਆਖਣਾ ਪਿਆ ਕਿ ਮੈਂ ਦੇਖਦਾ ਕਿ ਛਿਣ ਛਿਣੌਤ ਬਿਹਾਦ ਹੈ, ਹਰ ਗੁਣ ਕਹੇ ਨਾ ਕਾਬਈ ਮੂਰਖ ਅਗਿਆ, ਝੂਠੇ ਲੱਗ ਕੇ, ਝੂਠੇ ਲਾਲਚ ਲੱਗ ਕੇ ਨਹੀਂ ਮਰਨ ਪਛਾਣਾ, ਤੂੰ ਇੱਕ ਵੀ ਇਹਨਾਂ ਵਿੱਚੋਂ ਨਹੀਂ ਪਛਾਣ ਸਕਿਆ। ਲਓ ਹੁਣ ਇਸ ਗੱਲ ਦਾ ਜਵਾਬ ਮੈਂ ਰਾਤ ਅਰਜ਼ ਕੀਤੀ ਸੀ, ਗੁਰੂ ਨਿਰਾਸ਼ ਨਹੀਂ ਕਰਦਾ, ਨਿਰਾਸ਼ ਨਹੀਂ ਕਰਦਾ। ਕਹਿੰਦੇ ਮੈਂ ਤੈਨੂੰ ਰਾਹ ਦੱਸਣਾ, ਔਕੜ ਜ਼ਰੂਰ ਮੈਂ ਤੈਨੂੰ ਦੱਸਣਾ ਚਾਹੁੰਦਾ ਕਿ ਇਸ ਰਾਹ ਵਿੱਚ ਤੂੰ ਭੁੱਲ ਰਿਹਾ, ਇਹੋ ਜਿਹੇ ਠੇਡੇ, ਇਹੋ ਜਿਹਾ ਜੰਗਲ ਆਵੇਗਾ, ਪਰ ਮੈਂ ਤੈਨੂੰ ਨਿਰਾਸ਼ ਨਹੀਂ ਕਰਦਾ ਵੀ ਰਾਹ ਹੀ ਛੱਡ ਦੇ, ਨਹੀਂ। ਸੁਰੱਖਿਅਤਾ ਨਾਲ ਆਪਣੀ ਮੰਜ਼ਿਲ 'ਤੇ ਪੁੱਜ ਜਾਏ, ਇਸ ਲਈ ਤੈਨੂੰ ਤਰੀਕਾ ਵੀ ਦੱਸਣਾ। ਹਾਂ, ਜੇ ਤਿੰਨੋਂ ਚੀਜ਼ਾਂ ਬੇਪਛਾਣ ਹੋ ਗਈਆਂ ਨੇ ਤਾਂ ਉਹਦਾ ਕਾਰਨ ਕੀ ਹੈ? ਅਤੇ ਉਹ ਕਿਵੇਂ ਸਫਲਤਾ ਵੱਲ ਲਿਜਾ ਸਕੇਗਾ? ਕਹਿਣ ਲੱਗੇ ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕੋ ਹੀ ਦਾਰੋ ਮਦਾਰ ਹੈ,
ਉਹ ਹੈ ਹੁਕਮ। ਹੁਣ ਜਵਾਬ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਰਾਤ ਦੇ ਸ਼ਬਦ ਦਾ ਅਗਲਾ ਹਿੱਸਾ, ਵਿਚਾਰਾਂ ਦਾ ਅਗਲਾ ਹਿੱਸਾ। ਕਹਿੰਦੇ ਨੇ ਉਹਦਾ ਜਵਾਬ ਹੈ ਹੁਕਮ। ਤੈਨੂੰ ਪਤਾ ਹੋਵੇ ਸਮਾਂ ਤੂੰ ਆਪਣੀ ਮਰਜ਼ੀ ਨਾਲ ਲਿਆ ਹੈ। ਜੇ ਤੂੰ ਕਹੇ ਵੀ ਮੈਂ 50 ਸਾਲ, 100 ਸਾਲ, 150 ਸਾਲ ਜਿਉਣਾ, ਮੈਨੂੰ ਸਮਾਂ ਹੋਰ ਮਿਲਣਾ ਚਾਹੀਦਾ ਹੈ। ਸਤਿਗੁਰੂ ਨੇ ਬਾਣੀ ਅੰਦਰ ਹਰ ਗੱਲ ਦਾ ਜਵਾਬ ਦਿੱਤਾ ਕਿ ਕਦੀ ਇਹ ਵੀ ਸਮਾਂ ਆਉਂਦਾ ਕਿ ਕਰੋ ਅਰਦਾਸ ਗਾਉਂ ਕਿਛ ਬਾਕੀ, ਲਿਓ ਨਵੇਰ ਅੱਜ ਕੀ ਰਾਤੀ। ਜਦੋਂ ਅੰਤ ਸਮਾਂ ਆਉਂਦਾ ਨਾ, ਫਿਰ ਕਹਿੰਦਾ ਮੇਰੇ ਅਜੇ ਕੁਝ ਕੰਮ ਰਹਿੰਦੇ ਨੇ, ਜੇ ਮੈਨੂੰ ਅੱਜ ਦੀ ਰਾਤ ਦੇ ਦੇਵੇਂ, ਮੌਤ ਨੂੰ ਆਖਦਾ ਜੇ ਤੂੰ ਮੈਨੂੰ ਅੱਜ ਦੀ ਰਾਤ ਦੇ ਦੇਵੇਂ ਤੇ ਜੋ ਕੁਝ ਮੈਂ ਕਮਾਵਾਂਗਾ ਅੱਜ ਦੀ ਰਾਤ ਵਿੱਚ, ਉਹਦੇ ਨਾਲੋਂ ਕੁਝ ਹਿੱਸਾ ਤੈਨੂੰ ਵੀ ਦੇ ਦਿਆਂਗਾ। ਇਹ ਸਮਝਦਾ ਵੀ ਦੁਨੀਆਂ ਅੰਦਰ ਰਿਸ਼ਵਤ ਚੱਲ ਜਾਂਦੀ ਹੈ, ਉੱਥੇ ਵੀ ਚੱਲ ਜਾਏਗੀ। ਲੱਗੀ ਗਾਉਂ ਕਿਛ ਬਾਕੀ, ਕਰੋਂ ਅਰਦਾਸ ਗਾਉਂ ਕਿਛ ਬਾਕੀ, ਲਿਹੋ ਨਵੇਰ ਆਜ ਕੀ ਰਾਤੀ, ਅੱਜ ਦੀ ਰਾਤ ਵੀ ਦੇ ਦੇ। ਕਿਛ ਵੀ ਖਰਚ ਤੁਹਾਰਾ ਸਾਰੋਂ, ਕੁਝ ਖਰਚਾ ਤੁਹਾਨੂੰ ਵੀ ਦੇ ਦਿਆਂਗਾ। ਕਿਛ ਵੀ ਖਰਚ ਤੁਹਾਰਾ ਸਾਰੋਂ, ਸੁਬਹ ਨਿਮਾਰ ਸਰਾਏ ਗੁਜ਼ਾਰੋਂ, ਸਵੇਰੇ ਤੁਹਾਡੇ ਨਾਲ ਚੱਲਦਾ ਰਵਾਂਗਾ। ਪਰ ਨਹੀਂ, ਇੱਕ ਰੱਤੀ ਬਿਲਮ ਨਾ ਦੇਵ ਨਹੀਂ ਮਿਲਣ ਜਾ ਰਿਹਾ ਮਿੱਤਰਾ। ਬਿਲਮ ਕਹਿੰਦੇ ਨੇ ਦੇਰ ਨੂੰ, ਕਹਿੰਦੇ ਨੇ ਇੱਕ ਰੱਤੀ ਭਰ ਉਹਨੇ ਦੇਰ ਨਹੀਂ ਕਰਨ ਦਿੱਤੀ ਵੀ ਤੂੰ ਹੁਣ ਨਹੀਂ ਚੱਲ ਸਕਦਾ। ਹੈਂ, ਸਮਾਂ ਤਾਂ ਫਿਰ ਤੇਰੇ ਵੱਸ ਨਾ ਹੋਇਆ, ਮੈਂ ਚੱਲ ਰਿਹਾ ਸਾਂ ਪਛਾਣ। ਗੁਰੂ ਕਹਿੰਦੇ ਨੇ ਮੈਂ ਤੈਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਤਿੰਨੋਂ ਚੀਜ਼ਾਂ ਦੀ ਪਛਾਣ ਕਿਉਂ ਨਹੀਂ ਹੋਈ ਤੇਰੇ ਕੋਲ, ਨਾ ਸਮੇਂ ਦੀ, ਨਾ ਕਾਜ਼ ਦੀ, ਨਾ ਮੰਜ਼ਿਲ ਦੀ। ਉਹਦਾ ਕਾਰਨ ਸੀ ਕਿਉਂਕਿ ਤੂੰ ਹੁਕਮ ਨਹੀਂ ਪਛਾਣ ਸਕਿਆ। ਤੈਨੂੰ ਇਹ ਪਤਾ ਹੋਵੇ ਕਿ ਤੈਨੂੰ ਸਮਾਂ ਜਿਹੜਾ ਜੀਵਨ ਦਾ ਮਿਲਿਆ ਨਾ, ਉਹ ਕਿਸੇ ਦੇ ਹੁਕਮ ਵਿੱਚ ਮਿਲਿਆ। ਨਾ ਤੂੰ ਆਪਣੀ ਮਰਜ਼ੀ ਨਾਲ ਆਇਆ, ਨਾ ਤੂੰ ਆਪਣੀ ਮਰਜ਼ੀ ਨਾਲ ਜਾਣਾ ਹੈ। ਜਿਸ ਦਿਨ ਆਇਆ ਉਸ ਦਿਨ ਵੀ ਦਸਵੀਂ ਮਾਸੀ ਹੁਕਮ, ਬਾਲਕ ਜਨਮ ਲਿਆ ਨਾਲ ਹੁਕਮ ਹੈ। ਮੈਂ ਹੈਰਾਨ ਹੁੰਦਾ ਗੁਰਬਾਣੀ ਵਿੱਚੋਂ ਹਰ ਗੱਲ ਕਿਹੜੀ ਸਪਸ਼ਟ ਹੋ ਰਹੀ ਹੈ। ਕਹਿੰਦੇ ਨੇ ਦਸਵੀਂ ਮਾਸੀ ਹੁਕਮ, ਬਾਲਕ ਜਨਮ ਲਿਆ। ਜੇ ਤੂੰ ਆਖੇ ਅਜੇ ਮੌਸਮ ਮੇਰੇ ਅਨੁਕੂਲ ਨਹੀਂ, ਹਾਲਾਤ ਮੇਰੇ ਅਨੁਕੂਲ ਨਹੀਂ, 2 ਮਹੀਨੇ ਹੋਰ ਰਹਿ ਦੇ ਦਿਓ, ਨਹੀਂ ਹੁਕਮ ਹੈ। ਦਸਵੀਂ ਮਾਸੀ ਹੁਕਮ, ਬਾਲਕ ਜਨਮ ਲਿਆ। ਅਤੇ ਜਦੋਂ ਜਾਣ ਦਾ ਹੁਕਮ ਹੋਇਆ,
ਉਦੋਂ ਵੀ ਇਹੋ ਹਾਲਤ ਹੈ, ਹੁਕਮੇ ਜੰਮਣ ਹੁਕਮੇ ਮਰਨਾ, ਜੰਮਣ ਮਰਨਾ ਹੁਕਮ ਹੈ। ਇਸ ਲਈ ਵਿਸ਼ਵਾਸ ਕਰ, ਜਿਹੜਾ ਤੈਨੂੰ ਸਮਾਂ ਮਿਲਿਆ ਇਹ ਤੇਰੀ ਮਰਜ਼ੀ 'ਤੇ ਨਿਰਭਰ ਨਹੀਂ। ਤੈਨੂੰ ਇੱਕ ਗੱਲ ਪਛਾਣਨੀ ਪਏਗੀ, ਉਹ ਇਹ ਕਿ ਇਹ ਕਿਸੇ ਦੇ ਹੁਕਮ ਵਿੱਚ ਹੈ। ਜੇ ਤੂੰ ਚਾਹੇ ਮੈਂ ਬਚਪਨ ਦੇ ਦਿਨ ਵਧਾ ਲਵਾਂ, ਨਹੀਂ, ਜੇ ਤੂੰ ਆਖੇ ਮੈਂ ਜਵਾਨੀ ਦੇ ਦਿਨ ਵਧਾ ਲਵਾਂ। ਸਤਿਗੁਰੂ ਨੇ ਬਾਣੀ ਵਿੱਚ ਕਿਉਂ ਆਖਿਆ, ਜਰ ਆਈ ਜੁਬਨ ਹਾਰਿਆ, ਇਹ ਸਰੀਰ ਇਹ ਤਨ ਰੂਪੀ ਘਰ, ਇਹਦੇ ਵਿੱਚ ਜੋਬਨ ਜਵਾਨੀ ਕਾਬਜ ਸੀ। ਜਵਾਨੀ ਵੇਲੇ ਕਬਜ਼ਾ ਹੀ ਹੁੰਦਾ, ਤਨ 'ਤੇ ਕਬਜ਼ਾ ਸੀ। ਅਤੇ ਜਰ ਕਹਿੰਦੇ ਨੇ ਬੁਢੇਪੇ ਨੂੰ, ਬੁਢੇਪਾ ਦਰਵਾਜ਼ੇ 'ਤੇ ਆ ਗਿਆ, ਬੁਢੇਪਾ ਆ ਗਿਆ। ਰਾਤ ਵੀ ਲਫਜ਼ ਆਏ ਸਨ ਗੁਰਬਾਣੀ ਦੇ ਇੱਕ ਲਫਜ਼, ਸੱਠੀ ਕਹਿ ਬੁਢੇਪਾ ਹੋਵੇ, 60 ਸਾਲ ਦਾ ਹੋਇਆ ਬੁਢੇਪਾ ਦਰਵਾਜ਼ੇ 'ਤੇ ਆ ਗਿਆ। ਉਹਨੇ ਜਵਾਨੀ ਨੂੰ ਆਖਿਆ ਮੇਰਾ ਘਰ ਖਾਲੀ ਕਰ ਦੇ, ਮੇਰੀ ਵਾਰੀ ਹੈ। ਹੁਣ ਜਵਾਨੀ ਹੰਕਾਰ ਵਿੱਚ ਸੀ, ਤਾਕਤ ਸੀ, ਸ਼ਕਤੀ ਸੀ, ਇਹ ਆਖਿਆ ਮੈਂ ਖਾਲੀ ਨਹੀਂ ਕਰਨੀ, ਜਵਾਨੀ ਛੱਡਣਾ ਨਹੀਂ ਚਾਹੁੰਦੀ, ਤਨ ਨੂੰ ਉਹ ਕਾਬਜ਼ ਰੱਖਣਾ। ਆ ਸੰਸਾਰ ਦੇ ਅੰਦਰ ਜਿੰਨੇ ਵਿਟਾਮਿਨ ਅਤੇ ਜਿੰਨੇ ਇਹੋ ਜਿਹੇ ਇੰਜੈਕਸ਼ਨ ਬਣੇ ਨੇ, ਇਸੇ ਲਈ ਬਣੇ ਨੇ, ਐਸ ਇਹੀ ਹੈਲਪ ਕਰਦੇ ਨੇ ਜਵਾਨੀ ਦੀ, ਕਿਸੇ ਤਰ੍ਹਾਂ ਜਵਾਨੀ ਬਣੀ ਰਹੇ। ਜਵਾਨੀ ਨੇ ਆਖਿਆ ਮੈਂ ਨਹੀਂ ਛੱਡਣਾ, ਅਤੇ ਕਿੰਨੀ ਕੁ ਦੇਰ ਰੱਖਿਆ, ਆਖਰ ਜਵਾਨੀ ਹਾਰ ਗਏ। ਗੁਰੂ ਨੇ ਬਾਣੀ ਵਿੱਚ ਆਖਿਆ ਜਰ ਆਈ, ਜਦੋਂ ਬੁਢੇਪਾ ਆਇਆ ਜੋਬਨ ਜਵਾਨੀ ਹਾਰ ਗਏ, ਜਰ ਆਈ ਜੋਬਨ ਹਾਰਿਆ। ਉਹਨੂੰ ਆਖਰ ਤਾਂ ਸਰੀਰ ਦਾ ਘਰ ਛੱਡਣਾ ਹੀ ਪਿਆ। ਉਹਨੇ ਬੁਢੇਪੇ ਨੂੰ ਆਖਿਆ ਆਓ ਜੀ ਹੋਇਆ। ਤਾਂ ਮੈਂ ਅਰਜ਼ ਕਰ ਰਿਹਾ ਸਾਂ, ਮਨੁੱਖ ਨਹੀਂ ਚਾਹੁੰਦਾ ਜਵਾਨੀ ਛੱਡੇ, ਪਰ ਛੱਡਣੀ ਪਈ। ਕਿਉਂ? ਕਿਉਂਕਿ ਜਿਸਨੇ ਇਹ ਸਰੀਰ, ਜਿਸਨੇ ਇਹ ਜੀਵਨ ਦਾ ਸਮਾਂ ਦਿੱਤਾ, ਉਹਦੀ ਮਰਜ਼ੀ ਚੱਲਣੀ ਹੈ। ਉਹਨੇ ਨਿਯਮ ਬਣਾ ਦਿੱਤੇ ਨੇ, ਕੁਝ ਨਿਯਮ ਬਣਾ ਦਿੱਤੇ ਨੇ। ਉਹਨਾਂ ਨਿਯਮਾਂ ਦਾ ਜ਼ਿਕਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕੀਤਾ, ਅਤੇ ਕਹਿੰਦੇ ਨੇ ਕਿ ਬਾਲਕ ਜੋਬਨ ਅਤੇ ਬੁਢੇਪਾ ਕੀ ਹੈ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ, ਤਿੰਨ ਪੜਾਅ ਨੇ ਜਿਹਨਾਂ ਵਿੱਚੋਂ ਤੂੰ ਲੰਘਣਾ। ਮਰਜ਼ੀ ਨਾਲ ਤੂੰ ਰੁਕ ਨਹੀਂ ਸਕਦਾ, ਕਿਉਂਕਿ ਤੇਰੀ ਮਰਜ਼ੀ ਨਹੀਂ ਚੱਲਣੀ, ਮਰਜ਼ੀ ਉਸਦੀ ਚੱਲਣੀ ਹੈ ਜਿਹਨੂੰ ਜਿਹਦਾ ਹੁਕਮ ਚੱਲਦਾ ਹੋਵੇ। ਹੁਕਮ ਹੈ ਅੰਦਰ ਸਭ ਕੁ, ਸਭ ਨੂੰ ਜਨਮ ਲੈਣ ਵਾਲੇ ਨੂੰ ਉਹਨੇ ਲਿਖ ਕੇ ਦਿੱਤਾ, ਤੇਰੇ ਵਿੱਚ ਬਾਲਪਨ ਵੀ, ਜਵਾਨੀ ਵੀ, ਬੁਢੇਪਾ ਵੀ ਆਵੇਗਾ, ਤੈਨੂੰ ਤੁਰਨਾ ਪਏਗਾ, ਤੂੰ ਰੁਕ ਨਹੀਂ ਸਕਦਾ, ਕਾਬਜ਼ ਨਹੀਂ ਹੋ ਸਕਦਾ। ਅਤੇ ਜੇ ਤੇਰੀ ਮਰਜ਼ੀ ਨਾ ਚੱਲੇ ਤਾਂ ਇਹਦਾ ਮਤਲਬ ਇਹ ਸਮਾਂ ਜਿਹੜਾ ਤੇਰੇ ਵੱਸ ਨਹੀਂ, ਤੈਨੂੰ ਪਛਾਣਨਾ ਪਏਗਾ ਕਹਿੰਦੇ ਵੱਸ ਹੈ। ਬਸ ਜਿਸ ਦਿਨ ਤੂੰ ਹੁਕਮ ਪਛਾਣ ਲਿਆ, ਇਹ ਤਿੰਨੋਂ ਚੀਜ਼ਾਂ ਦੀ ਪਛਾਣ ਆਸਾਨ ਹੋ ਜਾਏਗੀ।
ਮੌਤ ਤੂੰ ਨਹੀਂ ਚਾਹੁੰਦਾ ਆ ਜਾਂਦੀ ਹੈ, ਕਿਉਂਕਿ ਮਾਲਕ ਨੇ ਜਿਹਨੇ ਸੰਸਾਰ ਪੈਦਾ ਕੀਤਾ ਹੈ ਉਹਨੇ ਇਹਦਾ ਨਾਂ ਹੀ ਮ੍ਰਿਤ ਮੰਡਲ ਰੱਖ ਦਿੱਤਾ ਹੈ, ਮੌਤ ਦਾ ਘਰ। ਗੁਰਬਾਣੀ ਕਹਿੰਦੀ ਹੈ ਮ੍ਰਿਤ ਮੰਡਲ ਜਗ ਸਾਜਿਆ, ਮ੍ਰਿਤ ਮੰਡਲ ਜਗ ਸਾਜਿਆ, ਜੋ ਬੋਲੂ ਘਰ ਵਾਰ ਬਿਨਸਤ ਬਾਰ ਨਾ ਲੱਗ ਗਈ, ਜੋ ਗਾਗਦ ਬੁੰਦਾਰ ਬਣਾਇਆ ਮ੍ਰਿਤ ਮੰਡਲ ਹੈ। ਅਤੇ ਜਿਹਨੇ ਬਣਾਇਆ ਉਹਨੇ ਸੋਚਿਆ ਹੈ ਕਿ ਸੰਸਾਰ ਨੂੰ ਸੁਹਾਵਣਾ ਕਿਵੇਂ ਰੱਖਣਾ, ਜੇ ਭਲਾ ਕਿਸੇ ਸਮਾਂ ਅੰਦਰ ਪਤਝੜ ਆਵੇ ਹੀ ਨਾ ਤਾਂ ਪਤਾ ਜੀ ਨਤੀਜਾ ਕੀ ਨਿਕਲੇਗਾ, ਪੱਤੇ ਸੁੱਕ ਜਾਣਗੇ, ਪਤਝੜ ਆਉਣੀ ਹੀ ਨਹੀਂ, ਨਵੀਆਂ ਪਰੂੰਬਲਾਂ ਫੁੱਲ ਫੁੱਟਣੀਆਂ, ਕਿਉਂਕਿ ਉਸੇ ਟਾਹਣੀਆਂ ਉੱਤੇ ਜਿੱਥੋਂ ਪੱਤੇ ਡਿੱਗੇ ਨੇ ਝੜੇ ਨੇ ਉੱਥੇ ਹੀ ਨਵੀਆਂ ਪਰੂੰਬਲਾਂ ਅਤੇ ਨਵੇਂ ਪੱਤੇ ਫੁੱਟਣੇ ਨੇ। ਜੇ ਪਤਝੜ ਨਾ ਆਵੇ ਬਸੰਤ ਵੀ ਨਹੀਂ ਆਏਗੀ। ਨਿਰੰਕਾਰ ਕਿੱਡਾ ਸਿਆਣਾ ਹੈ, ਜਿਹਨੇ ਸ੍ਰਿਸ਼ਟੀ ਨੂੰ ਸਾਜਿਆ ਉਹਨੇ ਆਖਿਆ ਸ੍ਰਿਸ਼ਟੀ ਕਿਵੇਂ ਸੁਹਾਵਣੀ ਦਾ, ਇੱਥੇ ਇੱਕੋ ਹੀ ਤਰੀਕਾ ਹੈ ਕਿ ਪਤਝੜ ਵੀ ਆਉਂਦੀ ਰਹੇ, ਨਵੇਂ ਪੱਤੇ ਵੀ ਫੁੱਟਦੇ ਰਹਿਣ ਅਤੇ ਪਿਛਲੇ ਪੱਤੇ ਵੀ ਝੜਦੇ ਰਹਿਣ। ਮੈਂ ਹੈਰਾਨ ਹੁੰਦਾ ਜਦੋਂ ਕਿਸੇ ਵਿਚਾਰ ਵਿੱਚ ਜਾਂਦਾ, ਜੇ ਭਲਾ ਸੰਸਾਰ ਅੰਦਰ ਮਨੁੱਖ ਆਇਆ ਹੋਇਆ ਮਰਨਾ ਤਾਂ ਕੋਈ ਵੀ ਨਹੀਂ ਨਾ ਚਾਹੁੰਦਾ, ਅਤੇ ਜੇ ਭਲਾ ਹਰ ਇੱਕ ਦੀ ਆਪਣੀ ਮਰਜ਼ੀ ਚੱਲਦੀ ਹੋਵੇ, ਦੁਨੀਆਂ ਅੰਦਰ ਕੋਈ ਮੌਤ ਚਾਹੁੰਦਾ ਹੀ ਨਹੀਂ, ਜੱਗ ਮਰਨ ਨਾ ਭਾਇਆ ਨਿਤ ਆਪ ਲੁਕਾਇਆ, ਗੁਰਬਾਣੀ ਆਖਦੀ ਹੈ। ਅਤੇ ਜੇ ਭਲਾ ਸੰਸਾਰ ਤੋਂ ਮੌਤ ਖਤਮ ਹੋ ਜਾਏ ਅਤੇ ਸਾਰੇ ਬਜ਼ੁਰਗ ਜਿਉਂਦੇ ਰਹਿਣ, ਨਵੇਂ ਬੱਚੇ ਜਨਮ ਨਾ ਲੈਣ, ਭਲਾ ਸੰਸਾਰ ਦੀ ਕੀ ਹਾਲਤ ਹੋਵੇ। ਮੈਂ ਹੈਰਾਨ ਹੁੰਦਾ ਕਿਸੇ ਨੇ ਸਿਕੰਦਰ ਦੇ ਨਾਮ ਥੱਲੇ ਇੱਕ ਮਿਥਾਸ ਲਿਖਿਆ, ਕਹਾਣੀ ਲਿਖੀ ਹੈ। ਉਹ ਕਹਿੰਦਾ ਸਿਕੰਦਰ ਨੂੰ ਪਤਾ ਲੱਗਾ ਵੀ ਹਯਾਤ ਦਾ ਚਸ਼ਮਾ ਹੈ, ਉਸ ਤੋਂ ਪਾਣੀ ਪੀ ਲਵੇ, ਉੱਥੇ ਅੰਮ੍ਰਿਤ ਛੱਕ ਜਾ ਕੇ ਛੱਕ ਲਵੇ, ਆਵੇ ਹਯਾਤ ਪੀ ਲਵੇ, ਮਰਦਾ ਹੀ ਨਹੀਂ। ਉਹ ਭਾਲਦਾ ਭਾਲਦਾ ਕੌਸਰ ਦੇ ਚਸ਼ਮੇ 'ਤੇ ਪੁੱਜ ਗਿਆ, ਬੁੱਕ ਭਰ ਲਿਆ, ਕਹਾਣੀ ਬੁੱਕ ਭਰ ਲਿਆ, ਬੜਾ ਖੁਸ਼ ਵੀ ਆਬੇ ਹਯਾਤ ਦਾ ਚਸ਼ਮਾ ਮਿਲ ਗਿਆ। ਅਜੇ ਹੋਠਾਂ ਦੇ ਨੇੜੇ ਲੈ ਕੇ ਗਿਆ ਸੀ, ਇੰਨੀ ਦੇਰ ਨੂੰ ਇੱਕ ਇਲ ਉੱਥੇ ਨੇੜੇ ਬੈਠੀ ਸੀ, ਉਹਨੇ ਆਵਾਜ਼ ਦਿੱਤੀ ਬਾਦਸ਼ਾਹ ਸਲਾਮਤ ਰੁਕ ਜਾ। ਕਿਉਂ? ਖੁਸ਼ਕਿਸਮਤੀ ਨਾਲ ਆਬੇ ਹਯਾਤ ਦਾ ਚਸ਼ਮਾ ਮਿਲਿਆ, ਮੈਂ ਅਮਰ ਹੋ ਜਾਣਾ ਚਾਹੁੰਦਾ, ਹਯਾਤੀ ਮੇਰੀ ਲੰਮੀ ਹੋ ਜਾਏਗੀ, ਆਵੇ ਹਯਾਤ ਹੈ। ਕਹਿਣ ਲੱਗੀ ਨਾ ਇਹ ਗਲਤੀ ਨਾ ਕਰੀ, ਆ ਵੇਖ ਇਹ ਗਲਤੀ ਮੈਂ ਵੀ ਕਰ ਬੈਠੀ ਹਾਂ, ਮੈਂ ਇਸੇ ਕੌਸਰ ਦੇ ਚਸ਼ਮੇ ਤੋਂ ਇਸੇ ਖਿਆਲ ਨਾਲ ਵੀ ਹਯਾਤੀ ਲੰਮੀ ਹੋ ਜਾਂਦੀ ਹੈ, ਫਿਕਰ ਨਹੀਂ ਹੁੰਦਾ, ਮੈਂ ਵੀ ਇੱਥੋਂ ਕੁਝ ਜਲ ਛੱਕ ਲਿਆ ਸੀ,
ਬਸ ਹੁਣ ਖੰਭ ਟੁੱਟ ਗਏ ਨੇ, ਬੁਢੇਪਾ ਆ ਗਿਆ, ਤੁਰ ਸਕਦੀ ਨਹੀਂ, ਚੋਗਾ ਚੁਗ ਨਹੀਂ ਸਕਦੀ। ਮਰਨ ਨੂੰ ਚਿੱਤ ਕਰਦਾ ਹੈ, ਸਰੀਰ ਤਿਆਗਣ ਨੂੰ ਚਿੱਤ ਕਰਦਾ, ਪਰ ਤਿਆਗ ਨਹੀਂ ਸਕਦੀ। ਇਸ ਲਈ ਮੇਰੀ ਗਲਤੀ ਤੂੰ ਨਾ ਦੁਹਰਾਈ। ਜਿਸਨੇ ਮ੍ਰਿਤ ਮੰਡਲ ਬਣਾਇਆ ਉਹਨੇ ਕੁਝ ਸੋਚ ਕੇ ਹੀ ਬਣਾਇਆ ਹੈ। ਮੈਂ ਅਰਜ਼ ਕਰ ਰਿਹਾ ਸਾਂ, ਇੱਕ ਖਿਆਲ ਕਰੀ, ਸਤਿਗੁਰੂ ਨੇ ਬਾਣੀ ਵਿੱਚ ਕਿਉਂ ਆਖਿਆ? ਮੈਂ ਹਰ ਗੱਲ ਬਾਣੀ ਵਿੱਚੋਂ ਲੱਭਦਾ, ਪਤਾ ਲੱਗਦਾ ਗੁਰੂ ਕਹਿੰਦੇ ਨੇ। ਜਰਾ ਮਾਰਾ, ਜਰਾ ਕਹਿੰਦੇ ਨੇ ਬੁਢੇਪੇ ਨੂੰ, ਮਾਰਾ ਕਹਿੰਦੇ ਨੇ ਮੌਤ ਨੂੰ, ਅਰੋਗ ਬਿਮਾਰੀਆਂ। ਜਰਾ ਮਾਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ, ਤੇਰਾ ਹੁਕਮ ਅਪਾਰ ਹੈ। ਜਰਾ ਮਾਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ, ਕੋਈ ਲਾਗ ਨਾ ਸਕੇ, ਕੋਈ ਲਾਗ ਨਾ ਸਕੇ ਬਿਨ ਹਾਰ ਕਾ ਲਾਇਆ। ਇਹਦਾ ਮਤਲਬ ਮਰਜ਼ੀ ਹੁੰਦੀ ਚੱਲਦੀ ਹੈ, ਅਸੀਂ ਤੇ ਸਿਰਫ ਉਸਦੀ ਮਰਜ਼ੀ ਨੂੰ ਪਛਾਣ ਨਹੀਂ ਸਕਦੇ। ਗੁਰੂ ਨੇ ਕਿਉਂ ਆਖਿਆ ਵੀ ਸਾਡੇ ਦੁੱਖ ਦਾ ਕਾਰਨ ਇਹ ਜਰਾ ਮਾਰਤਾ ਮਰਾ ਤੇ ਸਿਰਤ ਸਾਪ ਨਹੀਂ, ਸਾਡੇ ਦੁੱਖ ਦਾ ਕਾਰਨ ਹੈ ਉਹਦਾ ਹੁਕਮ ਨਾ ਪਛਾਣਨਾ, ਉਹਦਾ ਹੁਕਮ ਨਾ ਪਛਾਣਨਾ। ਇਹ ਨਹੀਂ ਸੱਜਣ ਬਾਣੀ ਵਿੱਚ ਆਖਿਆ, ਜਬ ਲੱਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ। ਮੇਰੇ ਦੁੱਖਾਂ ਦਾ ਕਾਰਨ ਤਾਂ ਹੁਕਮ ਨਾ ਬੁੱਝ ਸਕਣਾ ਹੈ। ਜਿਸ ਦਿਨ ਉਹਦੇ ਹਰ ਇੱਕ ਸਮੇਂ ਵਿੱਚ ਮਿਲੀ ਹੋਈ ਤਬਦੀਲੀ ਨੂੰ ਮੈਂ ਉਹਦਾ ਹੁਕਮ ਸਮਝ ਕੇ ਸਿਰ ਝੁਕਾ ਦਿੱਤਾ, ਝੁਕਾਉਣਾ ਪੈਣਾ ਹੈ। ਜਿਸ ਠਾਕਰ ਸੋਨਾ ਹੀ ਚਾਰਾ ਤਾਂ ਕੋ ਕਿ ਜਾ ਤੁਹਾਡੇ ਸਾਹਮਣੇ ਕੁਝ ਦੋ ਵਰੇ ਦੀ ਗੱਲ ਹੈ, ਅਜੇ ਵੀ ਚੱਲ ਕੁਝ ਹਿੱਸਾ ਚੱਲ ਰਿਹਾ। ਕਰੋਨਾ ਆਇਆ ਉਹ ਸਮਾਂ ਤੁਸੀਂ ਅਸੀਂ ਸਭ ਕੁਝ ਦੇਖਿਆ ਹਟਾਇਆ, ਕਰਦੇ ਹੋ ਜੀ ਜਿਨ੍ਹਾਂ ਤੋਂ ਕਦੀ ਨਹੀਂ ਵਿਛੜਨਾ ਚਾਹੁੰਦੇ ਸਾਂ ਉਹ ਵਿਛੜੇ, ਅਸੀਂ ਚਾਹੁੰਦੇ ਸਾਂ। ਮੈਂ ਹੈਰਾਨ ਹੁੰਦਾ ਜਦੋਂ ਉਹ ਵਕਤ ਦ੍ਰਿਸ਼ ਸਾਹਮਣੇ ਹੁੰਦਾ ਕਿ ਮਨੁੱਖ ਦੀਆਂ ਲਾਸ਼ਾਂ ਸੜਕਾਂ 'ਤੇ ਕੰਢੇ ਰੱਖੀਆਂ ਹੋਈਆਂ ਸਨ, ਮਸਾਨ ਭੂਮਿਕਾ ਵਿੱਚ ਜਲਾਉਣ ਦਾ ਥਾਂ ਕੋਈ ਨਹੀਂ ਸੀ। ਐਸੇ ਸਮੇਂ ਦੀ ਗੱਲ ਹੈ ਕਿ ਅਸੀਂ ਤੁਸੀਂ ਚਾਹੁੰਦੇ ਸਾਂ, ਸਿਰਫ ਇੱਕ ਚੀਜ਼ ਗੁਰੂ ਸਮਝਾਉਣਾ ਚਾਹੁੰਦੇ ਨੇ, ਉਹ ਹੈ ਹੁਕਮ। ਆਖਰ ਉਸ ਹੁਕਮ ਦੇ ਸਾਹਮਣੇ ਕਿਸੇ ਦਾ ਉਜ਼ਰ ਕੀ ਹੋਇਆ? ਗੁਰੂ ਨੇ ਕਿਉਂ ਆਖਿਆ? ਕਹਿਣ ਲੱਗੇ ਵੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ ਹੈ। ਕਿ ਡਾਕਟਰ ਜਿਹੜੇ ਤੁਹਾਨੂੰ ਬਚਾਉਣ ਦੀ ਦਾਅਵਾ ਕਰਦੇ ਨੇ ਉਹ ਵੈਦ, ਉਹ ਡਾਕਟਰ ਚੱਲੇ ਨਹੀਂ ਜਾਂਦੇ? ਸੰਸਾਰ 'ਚ ਡਾਕਟਰ ਕੋਈ ਨਹੀਂ ਮਰਦਾ। ਗੁਰੂ ਸਮਝਾਉਣਾ ਚਾਹੁੰਦੇ ਨੇ, ਕਹਿੰਦੇ ਨੇ ਮੈਂ ਤੇਰੇ ਮਨ ਦਾ ਇੱਕ ਵਹਿਮ ਭਰਮ ਹੋਮ ਮਨ ਦਾ ਡਰ ਜਿਹੜਾ ਹੈ ਉਹ ਖਤਮ ਕਰਨਾ ਚਾਹੁੰਦਾ।
ਤੈਨੂੰ ਪਤਾ ਹੋਵੇ ਹੁਕਮ ਵਿੱਚ ਸਭ ਕੁਝ ਹੋਣਾ ਹੈ ਅਤੇ ਹੁਕਮ ਅੱਗੇ ਸਿਰ ਚੁਕਾਉਣਾ ਪੈਣਾ ਹੈ। ਗੁਰੂ ਕਹਿੰਦੇ ਨੇ ਵੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ, ਕਹਿਣ ਲੱਗੇ ਇੱਕ ਕਬੀਰਾ ਨਾ ਮੂਆ ਜਾਂ ਨਾ ਹੀ ਰੋਣਹਾਰ। ਗੁਰਬਾਣੀ ਕਿਹੜੀ ਗਹਿਰਾਈ ਹੈ, ਜੀਵਨ ਦੀ ਸੱਚਾਈ ਹੈ। ਐਵੇਂ ਖੁਆਬੀ ਗੱਲਾਂ ਐਵੇਂ ਖੁਸ਼ ਕਰਨ ਵਾਲੀਆਂ ਨਹੀਂ, ਸੱਚਾਈ ਪੜ੍ਹਾਉਣਾ ਚਾਹੁੰਦੀ ਹੈ ਗੁਰਬਾਣੀ। ਮੈਂ ਰਾਤ ਵੀ ਅਰਜ਼ ਕੀਤੀ ਸੀ ਮਤ ਸਮਝਿਓ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਜਿਹੜੀ ਹੈ ਉਹ ਉਦਾਸੀ ਦਾ ਚੜਿਆ, ਬਿਲਕੁਲ ਨਹੀਂ, ਉਹ ਤਾਂ ਸਮਝਾਉਣਾ ਚਾਹੁੰਦੀ ਹੈ ਉਦਾਸੀ ਕਿਉਂ ਪੈਦਾ ਹੋਈ ਹੈ। ਕਹਿੰਦੇ ਨੇ ਭੱਲਿਆ ਜੇ ਤੈਨੂੰ ਹੁਕਮ ਮੰਨਣ ਦੀ ਆਦਤ ਪੈ ਜਾਏ, ਤੈਨੂੰ ਹੁਕਮ ਪਛਾਣਨ ਦੀ ਆਦਤ ਸੁਭਾਅ ਬਣ ਜਾਏ, ਫਿਰ ਕੀ ਹੋਏਗਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ। ਇਹ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਬਚਨ ਹੈ। ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ, ਨੈ ਨਿੰਦਿਆ ਨੈ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹਿ ਨਿਆਰੋ ਨਾਹੇ ਮਾਪ ਨਾ ਅਪਮਾਨਾ, ਆਸਾ ਮਨਸਾ ਸਗਲ ਤੇ ਆਗੇ ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਹਿਣ ਤੈ ਘੱਟ ਬ੍ਰਹਮ ਨਿਵਾਸਾ। ਅਗਲੇ ਪਾਸੇ ਕਹਿੰਦੇ ਨੇ ਗੁਰ ਕਿਰਪਾ ਜੈ ਨਰਕੋ ਕੀ ਨੀ ਤੈ ਇਹ ਜੁਗਤ ਪਛਾਣੇ। ਗੁਰੂ ਤਾਂ ਜੁਗਤ ਦੱਸਣਾ ਚਾਹੁੰਦਾ, ਤੈਨੂੰ ਸਮਝ ਆ ਜਾਏ ਫਿਰ ਕੀ ਹੋਏਗਾ, ਤੂੰ ਬ੍ਰਹਮ ਦਾ ਰੂਪ ਹੋ ਜਾਏਗਾ, ਉਹਦੇ ਵਿੱਚ ਲੀਨ ਹੋ ਜਾਏਗਾ। ਉਹ ਨਿਰਭੈ ਹੈ, ਨਾ ਉਹ ਮਰਦਾ ਹੈ, ਨਾ ਉਹ ਬੁੱਢਾ ਹੁੰਦਾ ਹੈ, ਨਾ ਉਹ ਰੋਗੀ ਹੁੰਦਾ ਹੈ। ਜਦੋਂ ਤੂੰ ਉਹਦੇ ਵਿੱਚ ਲੀਨ ਹੋ ਜਾਏਗਾ ਉਦੋਂ ਤੇਰੇ ਆਪੇ ਹੀ ਸਾਰੇ ਦੁੱਖ ਮਿਟ ਜਾਣਗੇ। ਅਤੇ ਉਹਦੇ ਵਿੱਚ ਲੀਨ ਹੋਣ ਦਾ, ਉਹਦੇ ਵਿੱਚ ਸਮਾਣ ਦਾ ਕਿਹੜਾ ਤਰੀਕਾ ਹੈ, ਉਹ ਹੈ ਹੁਕਮ ਬਣਨਾ, ਹੁਕਮ ਦੀ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਪ੍ਰਭ ਮਿਲਣੇ ਕੀ ਇਹ ਨਿਸ਼ਾਨੀ, ਪ੍ਰਭੂ ਦੇ ਮਿਲਾਪ ਦੀ ਨਿਸ਼ਾਨੀ ਕੀ ਹੈ, ਪ੍ਰਭ ਮਿਲਣੇ ਕੀ ਇਹ ਨਿਸ਼ਾਨੀ, ਮਨ ਇੱਕੋ ਸੱਚਾ ਹੁਕਮ ਪਛਾਣੇ। ਪ੍ਰਭੂ ਦੇ ਮਿਲਾਪ ਦਾ ਇੱਕੋ ਤਰੀਕਾ ਹੈ, ਉਹਦੇ ਵਿੱਚ ਲੀਨ ਹੋਣ ਦਾ, ਨਿਰਭੈ ਹੋਣ ਦਾ, ਆਰੋਗ ਹੋਣ ਦਾ, ਬਲਵਾਨ ਹੋਣ ਦਾ, ਅਮਰ ਹੋਣ ਦਾ ਇੱਕੋ ਤਰੀਕਾ ਹੈ ਕਿ ਉਹਦੇ ਹੁਕਮ ਅੱਗੇ ਸਿਰ ਚੁਕਾਉਣ ਦਾ ਸੁਭਾਅ ਬਣਾ। ਅਤੇ ਇਹੋ ਗੱਲ ਅੱਜ ਦੇ ਸ਼ਬਦ ਵਿੱਚ ਸਤਿਗੁਰੂ ਫਰਮਾ ਰਹੇ ਨੇ, ਕਹਿੰਦੇ ਨੇ ਤੇਰਾ ਹੁਕਮ ਅਪਾਰ ਹੈ, ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾ, ਕੋਈ ਅੰਤ ਨਾ ਪਾ, ਜਿਸ ਗੁਰ ਪੂਰਾ ਭੇਟ ਸੀ, ਜਿਸ ਗੁਰ ਪੂਰਾ ਭੇਟ ਸੀ, ਸੋ ਚੱਲੇ ਰਜਾਏ, ਸੋ
ਆਪਾਂ ਕਹਿੰਦੇ ਨੇ ਸਰਬ ਰੋਗ ਕਹੋ ਖਦ ਨਾਮ, ਅਤੇ ਗੁਰੂ ਕਹਿੰਦੇ ਨੇ ਹੁਕਮ ਹੀ ਨਾਮ ਹੈ। ਜਿਹੜਾ ਬੰਦਾ, ਜਿਹੜਾ ਮਨੁੱਖ ਹੁਕਮ ਵਿੱਚ ਰਹਿਣ ਦਾ ਆਦੀ ਹੋ ਗਿਆ, ਉਹਨੂੰ ਹੋਰ ਕੋਈ ਭਗਤੀ ਦੀ ਲੋੜ ਨਹੀਂ। ਗੁਰਬਾਣੀ ਹੈ, ਸਤਿਗੁਰੂ ਕਹਿੰਦੇ ਨੇ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ। ਜਿੱਥੇ ਨਾਮ ਦੀ ਗੱਲ ਹੋਵੇ ਤਾਂ ਜੀ ਨਾਮ ਕਿਹੜਾ ਹੈ, ਕਹਿਣ ਲੱਗੇ ਇੱਕੋ ਨਾਮ ਹੁਕਮ ਹੈ। ਫੈਸਲੇ ਬਣੀ ਹੁੰਦੇ। ਜੇ ਕਦੀ ਅਸੀਂ ਬਾਣੀ ਦੀ ਵਿਚਾਰ ਵਿੱਚ ਜਾਈਏ, ਬਹੁਤ ਭੇਤ ਖੁੱਲਦੇ ਨੇ। ਸਤਿਗੁਰੂ ਕਹਿੰਦੇ ਨੇ ਸਤਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਿਖਾਣੀਏ, ਇੱਕੋ ਨਾਮ ਹੁਕਮ ਹੈ। ਨਾਨਕ ਸਤਿਗੁਰੂ ਦੀਆ ਬੁਝਾਏ ਜੀਓ। ਗੁਰੂ ਸਾਨੂੰ ਸਮਝਾਉਂਦਾ ਹੈ ਵੀ ਭਲਿਆ ਹੁਕਮ ਵਿੱਚ ਰਹਿਣ ਦੀ ਆਦਤ ਬਣਾ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰ ਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਇਸ ਲਈ ਸਾਡੀ ਝੋਲੀ ਸੁੱਖ ਪਾਉਂਦਾ, ਇਉਂ ਸੁੱਖ ਪਾਉਂਦਾ ਕਿ ਤੂੰ ਉਹਦੇ ਹੁਕਮ ਵਿੱਚ ਰਹਿ, ਉਹ ਸਾਰੇ ਸੁੱਖ ਤੇਰੇ ਲਈ ਛੱਡੇਗਾ, ਕਿਉਂਕਿ ਉਹਦਾ ਹੁਕਮ ਜਿਹੜਾ ਉਹ ਉਸ ਹੁਕਮੀ ਨੂੰ ਮਿਲਾ ਦੇਵੇਗਾ, ਲੀਨ ਕਰਾ ਦੇਵੇਗਾ ਉਹਦੇ ਵਿੱਚ। ਉਸ ਉੱਥੇ ਆਨੰਦ ਹੈ, ਉਹਨੂੰ ਇਸੇ ਲਈ ਸਤਚਿਤ ਆਨੰਦ ਆਖਦੇ ਨੇ, ਪਰਮ ਆਨੰਦ ਆਖਦੇ ਨੇ। ਉੱਥੇ ਦੁੱਖ ਹੈ ਹੀ ਨਹੀਂ। ਜੇ ਤੂੰ ਦੁੱਖਾਂ ਤੋਂ ਬਚਣਾ ਹੈ ਤਾਂ ਇੱਕੋ ਤਰੀਕਾ ਹੈ, ਮਾਲਕ ਦੇ ਹੁਕਮ ਵਿੱਚ ਰਹਿਣ ਦਾ ਆਦੀ ਬਣ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੇਕਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Oh.